ਨੰਬਰ 4 ਅਗਾਂਹ ਨੂੰ ਹੁੰਜ ਮਾਰਨਾ। ਸਿੰਕ ਵੱਲ ਨੂੰ ਇੱਕ ਪਾਸਾ ਕਰਕੇ ਖੜ੍ਹੇ ਹੋਵੋ, ਇੱਕ ਹੱਥ ਨਾਲ ਸਿੰਕ ਨੂੰ ਫੜਦੇ ਹੋਏ ਛਾਤੀ ਅਤੇ ਸਿਰ ਨੂੰ ਸਿੱਧਾ ਰੱਖਦੇ ਹੋਏ ਇੱਕ ਕਦਮ ਅੱਗੇ ਨੂੰ ਚੁੱਕੋ। ਆਪਣਾ ਭਾਰ ਆਪਣੇ ਸਾਹਮਣੇ ਵਾਲੀ ਲੱਤ 'ਤੇ ਪਾਓ, ਦੋਨੋਂ ਗੋਡਿਆਂ ਨੂੰ ਮੋੜ ਕੇ ਰੱਖਦੇ ਹੋਏ ਰੋਕੋ, ਫਿਰ ਵਾਪਸ ਆਓ। ਗੋਡੇ ਨੂੰ ਪੈਰ ਤੋਂ ਅੱਗੇ ਤੱਕ ਨਹੀਂ ਮੋੜੋ, ਦੂਜੇ ਪਾਸੇ ਵੱਲ ਨੂੰ ਮੂੰਹ ਕਰਕੇ ਅਤੇ ਦੂਜੀ ਲੱਤ ਨਾਲ ਦੁਹਰਾਓ। ਹਰ ਲੱਤ ਨਾਲ 2-3 ਵਾਰੀ ਹੋਰ ਕਰੋ। ਜੇ ਸੌਖਾ ਲੱਗੇ ਤਾਂ ਹੌਲੀ ਹੌਲੀ ਜ਼ਿਆਦਾ ਕਰੋ, ਹਰ ਪੈਰ ਨਾਲ 15 ਵਾਰੀ ਤੱਕ। ਅਗਾਂਹ ਨੂੰ ਵੱਡਾ ਕਦਮ ਚੁੱਕੋ, ਹੌਲੀ ਹੌਲੀ ਸਿੰਕ ਜਾਂ ਕਾਊਂਟਰ ਨੂੰ ਕੱਟ ਫੜੋ। ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ? ਜੇ ਹੋਰ ਕਰਨਾ ਚਾਹੋ ਤਾਂ ਅਗਲੀ ਕਸਰਤ ਵੱਲ ਚਲੋ।